राउंड है जो जारी है इसके दरम्यान विशेष तौर पर शनिमान मुसाफिर साढ़े बहुत ही प्यारे अजीज पहुंचे ने इत्थे असीं उन्हां दा उन्हां नूं जी आयां कहिंदे आं स्वागत करदे आं बच्चों नूं बेनती है भी खिलाड़ियों की हौसला अफजाई के लिए तारियां ने जिहड़ियां साडे कोले ट्रैक दे विच कोई भी होर विद्यार्थी ना होवे सिर्फ जिहड़े खिडारी उहनां लई खाली रखे गए ट्रैक दूसरे पासे मुंडिया दे हाई जंप है जिहड़े उहदी चैनल वाले साडे बच्चियां दी कवरेज करन लई आंदे आ सो काफ़ी सारियां जिहड़ियां इंट्रस्टिंग इवेंट ने अजे बाकी ने बच्चों को बेनती है कि बैठो आप अपने हाउस के बीच अजक सर आप एक बार दीवार के उपले भी शब्द बच्चों सत श्री अकाल जी, मैं मनप्रीत कौर दंदीवाल। अज असीं पहुंचे हैं जिला मानसा के पिंड रायपुर विखे। इत्थों दे सरकारी सैकेंडरी स्कूल दे विच एथलैटिक मीट्स करवाए जा रहे हैं ते इत्थे इन्होंने इस संबंध दे विच इत्थों दे प्रबंधक उन्हां नाल गलबात करदे ते सारी जानकारी लैनी है। सत श्री अकाल मैम। सत श्री अकाल जी। ਜਿਹੜਾ ਮੈਮ ਇੱਥੇ ਤੁਸੀਂ ਐਥਲੈਟਿਕ ਮੀਟ ਕਰਵਾ ਰਹੇ ਹੋ ਉਪਰਾਲਾ ਕੀਤਾ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਪੂਰੀ। ਹਾਂਜੀ, ਸਰਕਾਰੀ ਸੈਕੰਡਰੀ ਸਕੂਲ ਰਾਏਪੁਰ ਵਿਖੇ ਅਸੀਂ ਜੋ ਅੱਜ ਹਾਊਸ ਦੇ ਮੁਤਾਬਕ ਜਿਹੜਾ ਹੈਗਾ ਉਹ ਐਥਲੈਟਿਕ ਮੀਟ ਕਰਵਾ ਰਹੇ ਹਾਂ ਅਤੇ ਜਿਹਦੇ ਵਿੱਚ ਕੀ ਹੈਗਾ ਅਸੀਂ ਚਾਰ ਹਾਊਸਾਂ ਦੇ ਵਿੱਚ ਬੱਚਿਆਂ ਨੂੰ ਵੰਡਿਆ ਹੋਇਆ ਜੀ ਅਤੇ ਹਰੇਕ ਹਾਊਸ ਦੇ ਵਿੱਚ ਟੀਚਰ ਵੀ ਨੇਗੇ ਜਿਹੜੇ ਉਹ ਹੈਗੇ ਨੇ ਚਾਰੇ ਹਾਊਸਿਸ ਦੇ ਵਿੱਚ ਤਾਂ ਬੱਚੇ ਵੀ ਅਤੇ ਟੀਚਰ ਵੀ ਬੜੇ ਉਤਸ਼ਾਹ ਦੇ ਨਾਲ ਇਸ ਐਥਲੈਟਿਕ ਈਵੈਂਟਸ ਦੇ ਵਿੱਚ ਜਿਹੜਾ ਹੈਗਾ ਉਹ ਪਾਰਟੀਸਪੇਟ ਕਰ ਰਹੇ ਨੇ। ਜਿਹੜਾ ਮੈਮ ਇਹ ਐਥਲੈਟਿਕ ਮੀਟ ਕਰਵਾ ਰਹੇ ਹੋ ਤੁਸੀਂ ਇਹ ਜ਼ਿਲ੍ਹੇ ਪੱਧਰ 'ਤੇ ਜ਼ਿਲ੍ਹੇ ਦੇ ਸਕੂਲਾਂ ਦੇ ਬੱਚੇ ਆਏ ਆ ਜਾਂ ਬਾਹਰੋਂ ਵੀ? ਨਹੀਂ ਜੀ ਨਹੀਂ, ਇਸ ਸਕੂਲ ਦੇ ਬੱਚੇ ਹੀ ਜਿਹੜੇ 6ਵੀਂ ਤੋਂ ਲੈ ਕੇ 12ਵੀਂ ਤੱਕ ਇਸ ਐਥਲੈਟਿਕ ਈਵੈਂਟਸ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ। ਅੱਜ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਬੱਚਿਆਂ ਦੇ ਇੰਟਰ ਹਾਊਸ ਐਥਲੈਟਿਕ ਮੀਟ ਹੈ ਜੋ ਕਰਵਾਈ ਜਾ ਰਹੀ ਹੈ ਕਿਉਂਕਿ ਪਿਛਲੇ ਲਗਭਗ 2.5 ਸਾਲ ਤੋਂ ਕੋਵਿਡ-19 ਦੇ ਕਾਰਨ ਕਰੋਨਾ ਦੇ ਕਾਰਨ ਵਿਭਾਗ ਵੱਲੋਂ ਜਾਂ ਕਿਸੇ ਹੋਰ ਸੰਬੰਧਿਤ ਅਥਾਰਟੀ ਵੱਲੋਂ ਕੋਈ ਵੀ ਵਿਦਿਆਰਥੀਆਂ ਦੇ ਜਿਹੜੇ ਖੇਡਾਂ ਦੇ ਇਵੈਂਟਸ ਨਹੀਂ ਕਰਵਾਏ ਗਏ ਸਨ। ਸੋ ਵਿਦਿਆਰਥੀਆਂ ਨੂੰ ਬੂਸਟ ਕਰਨ ਦੇ ਲਈ, ਉਹਨਾਂ ਦੇ ਵਿੱਚ ਉਤਸ਼ਾਹਿਤ ਦੇਣ ਦੇ ਲਈ ਉਹਨਾਂ ਨੂੰ, ਕਿਉਂਕਿ ਬੱਚੇ ਮਾਨਸਿਕ ਤੌਰ ਦੇ ਉੱਪਰ ਬੜੇ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰ ਰਹੇ ਸਨ। ਸੋ ਉਹਨਾਂ ਦੀ ਜਿਹੜੀ ਸਕੂਲਾਂ ਦੇ ਵਿੱਚ ਹੈਗੀ ਹੈ ਮੈਂਟਲ ਅਪਰੋਚ ਦੇ ਲਈ ਅਤੇ ਫਿਜ਼ੀਕਲੀ ਉਹਨਾਂ ਦੀ ਜਿਹੜੀ ਫਿਜ਼ੀਕਲੀ ਤੌਰ 'ਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਖੇਡਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਅਸੀਂ ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਦੋਵੇਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਅੱਜ ਐਥਲੈਟਿਕ ਮੀਟ ਹੈ ਜੋ ਇੱਥੇ ਕਰਵਾ ਰਹੇ ਹਾਂ। ਇਸ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਲੜਕੇ ਅਤੇ ਲੜਕੀਆਂ ਵੱਖ ਵੱਖ ਇਵੈਂਟਸ ਦੇ ਵਿੱਚ ਆਪਣਾ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ। ਇਹ ਤੋਂ ਉਪਰੰਤ ਵਿਦਿਆਰਥੀਆਂ ਨੂੰ ਅਸੀਂ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਨੂੰ ਇਨਾਮ ਵਗੈਰਾ ਜਿਹੜੇ ਉਹ ਵੀ ਤਕਸੀਮ ਕਰਾਉਣੇ ਨੇਗੇ। ਸੋ ਇਹ ਇੱਕ ਉਪਰਾਲਾ, ਇੱਕ ਯਤਨ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ, ਖਿਡਾਰੀਆਂ ਦੀਆਂ ਗਤੀਵਿਧੀਆਂ, ਉਹਨਾਂ ਨੂੰ ਜਾਰੀ ਰੱਖਾਂਗੇ। ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਲਾਈਨ ਦੇ ਵਿੱਚ ਹੋ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਸਕੂਲ ਦੇ ਪ੍ਰਬੰਧਾਂ ਦੇ ਵਿੱਚ ਕਿੰਨਾ ਕੁ ਫਰਕ ਹੈ? ਜਦੋਂ ਤੋਂ ਵਿਭਾਗ ਵੱਲੋਂ ਸਮਾਰਟ ਸਕੂਲ ਬਣਾਉਣ ਦਾ ਉਪਰਾਲਾ ਕੀਤਾ ਗਿਆ, ਉਹਦੇ ਨਾਲ ਜਿੱਥੇ ਸਿੱਖਿਆ ਦਾ ਪੱਧਰ ਹੈ, ਇਨਫਰਾਸਟ੍ਰਕਚਰ ਹੈ, ਉਹ ਵੀ ਕਾਫੀ ਮਜ਼ਬੂਤ ਹੋਇਆ। ਪਰ ਖੇਡਾਂ ਵਾਲੇ ਪਾਸੇ ਕਿਉਂਕਿ ਕਰੋਨਾ ਕਾਰਨ ਨਹੀਂ ਹੋ ਸਕੀਆਂ, ਤਾਂ ਵਿਭਾਗ ਵੱਲੋਂ ਸਾਡੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਖੇਡਾਂ ਕਰਵਾਈਆਂ ਜਾਣਗੀਆਂ
ਉਹਦੇ ਵਿੱਚ ਵੀ ਵਿਭਾਗ ਦੀ ਜਿਹੜੀ ਅਹਿਮੀਅਤ ਹੈ, ਵਿਭਾਗ ਦੇ ਜਿਹੜੇ ਪ੍ਰੋਗਰਾਮ ਨੇ, ਵਿਭਾਗ ਦਾ ਜਿਹੜਾ ਸਾਨੂੰ ਬੂਸਟ ਕਰਨ ਦੇ ਲਈ ਉਪਰਾਲਾ ਹੈ ਉਹ ਲਗਾਤਾਰ ਜਾਰੀ ਹੈ। ਅਤੇ ਇਸੇ ਤਿਆਰੀ ਵਜੋਂ ਅਸੀਂ ਇਹ ਸਾਡੇ ਬੱਚਿਆਂ ਦੀ ਜਿਹੜੀ ਅਗਲੇ ਭਵਿੱਖ ਦੇ ਲਈ, ਅਗਲੀਆਂ ਖੇਡਾਂ ਦੇ ਲਈ, ਅਗਲੀ ਅਥਲੈਟਿਕ ਮੀਟ ਦੇ ਲਈ ਅਸੀਂ ਤਿਆਰੀ ਕਰਵਾ ਰਹੇ ਹਾਂ। ਆਸ ਹੈ ਵੀ ਅਸੀਂ ਇਸ ਦੇ ਵਿੱਚ ਸਫਲ ਹੋਵਾਂਗੇ। ਵਾਹਿਗੁਰੂ ਸ਼ਾਬਾਸ਼ ਪੁੱਤ, ਭੱਜਦੇ ਰਹੋ, ਭੱਜਦੇ ਰਹੋ, ਸ਼ਾਬਾਸ਼। ਇਸ ਤੋਂ ਬਾਅਦ ਛੇਵਾਂ ਰਾਊਂਡ ਸ਼ੁਰੂ ਹੋ ਜੂ ਪੁੱਤ, ਛੇਵਾਂ ਰਾਊਂਡ, ਸ਼ਾਬਾਸ਼ ਸ਼ਾਬਾਸ਼, ਵਾਹਿਗੁਰੂ ਪੜ੍ਹ ਕੇ, ਵਾਹਿਗੁਰੂ ਪੁੱਤ, ਵਾਹਿਗੁਰੂ, ਸ਼ਾਬਾਸ਼। ਹਾਂਜੀ ਪੁੱਤ, ਕਲੈਪਿੰਗ ਕਰਦੇ ਰਹੋ, ਕਲੈਪਿੰਗ ਬਣ ਨਹੀਂ ਕਰਦੀ ਯਾਰ, ਆਪਣੇ ਵਰਗ ਤਾੜੀਆਂ ਮਾਰਦੇ ਹੋ, 1500 ਮੀਟਰ ਪੁੱਤ ਹੈ, ਛੇਵਾਂ ਰਾਊਂਡ। ਹਾਂਜੀ